ਪੰਜਾਬੀ ਮਸਲੇ ਚੈਨਲ ਉੱਪਰ ਤੁਹਾਡਾ ਸਭ ਦਾ ਸਵਾਗਤ ਕੀਤਾ ਜਾਂਦਾ ਜੀ। ਦੋਸਤੋ, ਆਏ ਦਿਨ ਸੋਸ਼ਲ ਮੀਡੀਆ ਉੱਪਰ ਕੋਈ ਨਾ ਕੋਈ ਵਿਵਾਦ ਖੜਾ ਹੋਇਆ ਹੀ ਰਹਿੰਦਾ ਹੈ। ਹੁਣ ਹਾਲ ਹੀ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੰਦਰਜੀਤ ਨਿੱਕੂ ਬੱਬੂ ਮਾਨ ਨਾਲ ਲਾਈਵ ਸ਼ੋਅ ਲਾ ਰਿਹਾ ਹੁੰਦਾ। ਇੰਦਰਜੀਤ ਨਿੱਕੂ ਜਦੋਂ ਆਪਣੇ ਲਾਈਵ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਪੋਸਟ ਕਰਦਾ ਤਾਂ ਥੱਲੇ ਇੱਕ ਫੈਨ ਦਾ ਕਮੈਂਟ ਆਉਂਦਾ ਹੈ ਕਿ ਨਿੱਕੂ ਤੁਸੀਂ ਵੀ ਔਜਲਾ ਜਾਂ ਮੂਸੇਵਾਲ ਨਾਲ ਗੀਤ ਕੱਢੋ। ਜਿਸ ਤੋਂ ਬਾਅਦ ਇੰਦਰਜੀਤ ਨਿੱਕੂ ਦਾ ਰਿਪਲਾਈ ਆਉਂਦਾ ਹੈ ਕਿ ਦੋ ਪੈਰ ਘੱਟ ਤੁਰੀਏ ਪਰ ਤੁਰੀਏ ਮੜਕ ਦੇ ਨਾਲ। ਇੰਦਰਜੀਤ ਨਿੱਕੂ ਦੇ ਇਸ ਕਮੈਂਟ ਨੂੰ ਦੇਖ ਫੈਨਸ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ ਤੇ ਇੰਦਰਜੀਤ ਨਿੱਕੂ ਦੇ ਇਸ ਜਵਾਬ ਦਾ ਰਿਪਲਾਈ ਕਰਦੇ ਹੋਏ ਕਹਿ ਰਹੇ ਹਨ ਕਿ ਬੰਦਾ ਐਨੇ ਵੀ ਖਾਰ ਨਾ ਲੈ ਕੇ ਤੁਰੇ। ਇੱਕ ਗੱਲ ਤਾਂ ਸਾਫ ਆ, 2 ਸਾਲ ਵਾਲਾ 20 ਸਾਲ ਵਾਲੇ ਤੋਂ ਅੱਗੇ ਆ, ਮੜਕ ਤਾਂ ਸਾਰਿਆਂ 'ਚ ਹੁੰਦੀ ਆ ਮਿੱਤਰਾ, ਬਸ ਕੁਝ ਮੱਤ ਉੱਚੀ ਰੱਖੇ। ਕੋਈ ਕਹਿੰਦਾ ਇੰਦਰਜੀਤ ਨਿੱਕੂ ਸਾਹਿਬ ਗੱਲ ਸੱਚੀ ਆ, ਤੁਹਾਡਾ ਟਾਈਮ ਸੀ ਗਿਆ, ਤੁਸੀਂ ਇਹ ਗੱਲ ਮੰਨੋ ਜਾਂ ਨਾ ਮੰਨੋ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ, ਸੋ ਜੋ ਹੁਣ ਦਾ ਸੱਚ ਆ ਉਹੀ ਆ, ਜਦੋਂ ਤੁਹਾਡਾ ਟਾਈਮ ਸੀ ਉਦੋਂ ਸੀ, ਹੁਣ ਤੁਸੀਂ ਚਾਹੇ ਅੱਧਾ ਪੈਰ ਤੁਰੋ ਜਾਂ ਪੂਰਾ ਗੱਲ ਨਹੀਂ ਬਣਨੀ, ਬਸ ਇਹੀ ਮੰਨਿਆ ਜਾਂ ਨਾ ਮੰਨੋ ਸਿੱਧੂ ਮੂਸੇਵਾਲ ਅਤੇ ਔਜਲੇ ਦਾ ਟਾਈਮ ਆ। ਬਾਕੀ ਬਾਈ ਤੁਹਾਨੂੰ ਵੀ ਪਤਾ ਹੀ ਆ, ਤੁਹਾਡੇ ਵਰਗਿਆਂ ਨੂੰ ਕੋਈ ਨਹੀਂ ਸੁਣਦਾ, ਕਮੈਂਟ ਕਰਨ ਲੱਗੇ ਸ਼ਰਮ ਕਰਿਆ ਕਰੋ। ਬਾਕੀ ਦੋਸਤੋ, ਤੁਹਾਨੂੰ ਕੀ ਲੱਗਦਾ, ਇੰਦਰਜੀਤ ਨਿੱਕੂ ਨੂੰ ਐਵੇਂ ਦਾ ਕਮੈਂਟ ਕਰਨਾ ਚਾਹੀਦਾ ਸੀ ਜਾਂ ਨਹੀਂ, ਕਮੈਂਟਾਂ ਵਿੱਚ ਜ਼ਰੂਰ ਦੱਸਿਓ ਅਤੇ ਐਵੇਂ ਦੀਆਂ ਹੋਰਨਾਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ। ਚਲ ਠੀਕ ਹੈ ਯਾਰ, ਜਿੰਨਾ ਚਿਰ ਆਪਾਂ ਵਰਤੇ ਪਹਿਲਾਂ ਗੁੱਡ, ਜਿੱਦਣ ਨਹੀਂ ਵਰਤੇ ਤੂੰ ਮੇਰਾ ਕੌਣ ਮੈਂ ਤੇਰਾ ਕੌਣ, ਬੈਸਟ ਸੈਟ। ਨਾ ਮੈਂ ਤੇਰੇ ਬਾਰੇ ਬੈਕ ਬੈਟਿੰਗ ਕਰਾਂ, ਨਾ ਤੂੰ ਮੇਰੇ ਬਾਰੇ ਕਰ, ਬੈਸਟ ਸੈਟ, ਨਿਬੜ ਗਿਆ ਗੱਲ। ਇਹੀ ਯਾਰੀ ਦੋਸਤੀ ਦਾ ਅਸੂਲ ਹੈ, ਮੈਂ ਜ਼ਿੰਦਗੀ ਦੇ ਵਿੱਚ ਇਹੀ ਸਿੱਖਿਆ, ਯਾਰੀ ਦੋਸਤੀ 'ਚ ਰੁਪਈਏ ਦੀ ਸਾਂਝ ਵੀ ਨਾ ਪਾਓ, ਜਿਹਦਾ ਲੜਨਾ ਜਿਹਦੇ ਨਾਲ ਲੜਨਾ ਤੁਸੀਂ ਉਹਨੂੰ ਪੈਸੇ ਦੇ ਦਿਓ, ਉਹਦੀ ਲੜ ਸੌਖਾ ਤਰੀਕਾ ਹੈ ਨਾ ਵੀ ਜ਼ਿੰਦਗੀ 'ਚ ਪੈਸੇ ਦੀ ਜ਼ਿਆਦਾ ਸਾਂਝ ਨਾ ਪਾਓ। ਜਿੱਥੇ ਤੁਹਾਡੀ ਸਾਂਝ ਪੈਗੀ ਤੁਸੀਂ ਟੁੱਟ ਰਹੇ ਹੋ, ਚੁੱਪ ਕਰਕੇ ਆਵੇ ਬੋਰੀ ਬਿਸਤਰਾ ਬੰਨੋ, ਟੁੱਟ ਜਾਓ, ਬਸ ਗੱਲਾਂ ਬਾਤਾਂ ਨਾ ਹੋਣ ਬਾਹਰ, ਠੀਕ ਹੈ ਨਾ।